ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀ ਤੇ ਸੰਸਦ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਮੰਡੀਆਂ ਦੇ ਵਿੱਚ ਪਹੁੰਚੇ। ਉੱਥੇ ਉਹਨਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਨਾਲ ਗੱਲਬਾਤ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਬਦਲਾ ਲੈ ਰਹੀ ਹੈ, ਉਹ ਬਦਲਾ ਲੈਣ ਦੀ ਨੀਤੀ ਅਪਣਾ ਰਹੇ ਨੇ। ਦੇਖੋ ਸੰਗਰੂਰ ਤੋਂ ਟੋਨੀ ਸ਼ਰਮਾ ਦੀ ਪੂਰੀ ਰਿਪੋਰਟ। ਸਾਹਿਬ ਤੁਸੀਂ ਦੇਖਿਆ ਮੰਡੀਆਂ ਦੇ ਵਿੱਚ ਕੀ ਹਾਲ ਆ, ਸਾਰੇ ਅੱਜ ਕਿਹੜੇ ਕਿਹੜੇ ਮੰਡਾਂ 'ਚ ਗਏ ਹੋ ਅਤੇ ਤੁਸੀਂ ਦੇਖਿਆ ਵੀ ਕੀ ਇਹਦਾ ਉਹ ਹੈ? ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ 'ਤੇ ਦੂਰੀ ਤੀਰੀ ਮਾਰ ਪੈ ਰਹੀ ਹੈ। ਪਹਿਲਾਂ ਤਾਂ ਕਾਲੇ ਕਾਨੂੰਨਾਂ ਕਰਕੇ ਉੱਥੇ ਸਾਡੇ ਜਿਹੜੇ ਬਜ਼ੁਰਗ ਨੇ, ਮਾਵਾਂ ਨੇ, ਬੱਚੇ ਨੇ, ਨੌਜਵਾਨ ਮੁੰਡੇ ਨੇ, ਉਹ ਉੱਥੇ 5.5 ਮਹੀਨਿਆਂ ਤੋਂ ਬੈਠੇ ਨੇ। ਫਿਰ ਕਣਕ ਜਿਹੜੀ ਹੈ ਇਸ ਵਾਰ, ਜਿਹੜੀ ਕਿ ਕਣਕ ਉਹ ਫਸਲ ਹੈ ਜਿਹੜੀ ਅੱਧੀ ਤਾਂ ਸਾਡੇ ਘਰ ਹੀ ਰੱਖੀ ਜਾਂਦੀ ਹੈ ਕਿ ਅਸੀਂ ਆਪਦੇ ਖਾਣ ਵਾਸਤੇ ਰੱਖਦੇ, ਖੁਰਾਕਾਂ ਵਾਸਤੇ। ਇਸ ਵਾਰ ਝਾੜ ਵੀ ਘੱਟ ਹੈ, ਕੋਈ ਲਗਭਗ 45 ਮਨ ਦਾ ਮਤਲਬ ਦੜਾ ਪੈ ਰਿਹਾ, ਯਾਨੀ ਕਿ 10 ਤੋਂ 15 ਮਨ ਝਾੜ ਵੀ ਘੱਟ ਹੈ। ਤਾਂ ਮੰਡੀਆਂ 'ਚ ਕੋਈ ਓਵਰਫਲੋ ਹੋਣ ਦਾ ਕੋਈ ਚਾਂਸ ਨਹੀਂ। ਇਹ ਫਸਲ ਤਾਂ ਉਹ ਫਸਲ ਹੈ, ਮੈਂ ਆਪ ਖੁਦ ਐਸੇ ਮੰਡੀ 'ਚ ਲੈ ਕੇ ਆਉਂਦਾ ਰਿਹਾ ਚੀਮੇ ਵਾਲੀ 'ਚ, ਆਪਣੀ ਸਟੋਜ ਤੋਂ ਆਪਣੀ ਜਿਹੜੀ ਕਣਕ ਹੈ, ਡਾਲਾ ਖੁੱਲ੍ਹਣ ਸਾਰ ਟੁੱਲ ਜਾਂਦੀ ਸੀ। ਇਹਦਾ ਤਾਂ ਕੋਈ ਕਦੇ ਦਿੱਕਤ ਦੇਖੀ ਹੋਈ ਨਹੀਂ ਸੀਗੀ। ਅਤੇ ਹੁਣ ਇੱਥੇ ਪਨਗ੍ਰੇਨ ਦਾ, ਮਾਰਕਫੈਡ ਦਾ, ਇਹਨਾਂ ਦਾ ਏਜੰਸੀਆਂ ਨੇ, ਅਤੇ ਇਹਨਾਂ ਕੋਲ ਬਾਰਦਾਨੇ ਹੈ ਨਹੀਂ, ਬੋਰੀਆਂ ਹੈ ਨਹੀਂ। ਆ ਬਜ਼ੁਰਗ ਮੇਰੇ ਕੋਲ ਖੜੇ ਨੇ, 20 ਦਿਨ ਹੋ ਗਏ ਇਹਨਾਂ ਨੂੰ, 20 ਦਿਨ ਕਣਕ ਵੇਚਣ ਵਾਸਤੇ। ਇਦੂ ਬਾਅਦ ਸ਼ਰਮ ਦੀ ਗੱਲ ਨਹੀਂ ਹੋ ਸਕਦੀ, ਅਫਸਰਾਂ ਲਈ ਵੀ, ਸਰਕਾਰਾਂ ਲਈ ਵੀ। ਅਤੇ ਮੈਂ ਜਦੋਂ ਫੋਨ ਕੀਤਾ ADC ਸਾਹਿਬ ਨੂੰ ਕਿ ਬਾਰਦਾਨਾ ਹੈ ਨਹੀਂ, 50,000 ਬੋਰੀ ਆਈ ਹੈ, 2.25 ਲੱਖ ਦਾ ਟਾਰਗੇਟ ਹੈ, ਹਜੇ 25% ਵੀ ਨਹੀਂ ਪਹੁੰਚੇ। ਉਹ ਕਹਿੰਦੇ ਹੁਣੀ ਭੇਜਦੇ ਹਾਂ ਜੀ, ਹੁਣੀ ਭੇਜਦੇ। ਮਤਲਬ ਹੈਰਾਨੀ ਦੀ ਗੱਲ ਹੈ। ਉੱਤੋਂ ਕੱਲ੍ਹ ਵਾਲਾ ਝੱਖੜ, ਚਲੋ ਇੱਧਰਲੇ ਪਾਸੇ ਥੋੜ੍ਹਾ ਜਿਹਾ ਬਚਾਇਆ, ਉੱਧਰ ਮਾਰ ਕਰ ਗਿਆ ਸੰਗਰੂਰ ਦੇ ਪਰਲੇ ਪਾਸੇ। ਅਤੇ ਉਹ ਜਿਹੜੀ ਫਸਲ ਖਰਾਬ ਹੋਊਗੀ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਜੇ ਜਿਹੜੀ ਫਸਲ ਭਿੱਜ ਗਈ ਕੱਲ੍ਹ ਝੱਖੜ 'ਚ, ਜੇ ਉਹ ਵਿਕੀ ਹੁੰਦੀ ਟਾਈਮ 'ਤੇ, ਤਾਂ ਸ਼ਾਇਦ ਉਹ ਨਾਲੇ ਤਾਂ ਸ਼ੈਲਰ 'ਚ ਹੁੰਦੀ, ਉਹ ਵੀ ਸੇਫ ਹੁੰਦੀ ਉੱਥੇ, ਅਤੇ ਨਾਲੇ ਉਹ ਕਿਸਾਨ ਨੂੰ, ਜ਼ਿਮੀਂਦਾਰ ਨੂੰ ਕੋਈ ਨੁਕਸਾਨ ਨਾ ਹੁੰਦਾ। ਉੱਤੋਂ ਠੇਕੇ ਵਾਲੇ ਜਿਹੜੇ ਨੇ, ਜਿਨ੍ਹਾਂ ਨੇ ਠੇਕੇ 'ਤੇ ਜ਼ਮੀਨ ਲਈ ਹੈ, ਉਹਨਾਂ ਦਾ ਜਿੰਨਾ ਕੁ ਬਚਣਾ ਹੁੰਦਾ, ਉਹਨਾਂ ਕੁ ਤਾਂ ਝਾੜ ਘੱਟ ਹੀ ਗਿਆ, ਉਹ ਤਾਂ ਮਸਾਂ ਪੂਰਾ ਪੂਰਾ ਹੀ ਹੋਊਗਾ ਐਤਕੀ। ਅਤੇ ਉੱਤੋਂ ਜਿਹੜੇ ਆ ਰੁਲਦੇ ਨੇ, ਫਰਦਾਂ ਲਿਆਓ, ਉਹ ਲਿਆਓ। ਸੋ ਇਸ ਕਰਕੇ ਇਹ ਇੱਕ ਕਿਸਮ ਦਾ ਬਦਲਾ ਲਊ ਨੀਤੀ ਬਣਾਈ ਹੈ ਇਹਨਾਂ ਨੇ, ਜਿਹੜੀ ਕੇਂਦਰ ਸਰਕਾਰ ਨੇ ਅਤੇ ਪੰਜਾਬ ਸਰਕਾਰ ਨੇ, ਕਿ ਤੁਸੀਂ ਸਾਡੇ ਵਿਰੁੱਧ ਨਾਅਰੇ ਲਾਉਂਦੇ ਹੋ, ਤੁਹਾਨੂੰ ਅਸੀਂ ਬੰਦੇ ਬਣਾਵਾਂਗੇ। ਇਹ ਨੀਤੀ ਜਿਹੜੀ ਬਹੁਤ ਗਲਤ ਹੈ। ਕਿਸਾਨਾਂ ਅਤੇ ਆੜ੍ਹਤੀਆਂ ਦਾ ਰਿਸ਼ਤਾ, ਜਿਹੜਾ 9 ਮਾਸ ਦਾ ਰਿਸ਼ਤਾ, ਉਹ ਤੋੜ ਕੇ ਰੱਖਤਾ। ਅਸੀਂ ਡਾਇਰੈਕਟ ਟ੍ਰਾਂਸਫਰ ਕਰਾਂਗੇ ਜੀ। ਅਸੀਂ ਆੜ੍ਹਤੀ ਵੀ ਜਿਹੜੇ ਨੇ ਉਹ ਬੈਠੇ ਨੇ ਧਰਨਿਆਂ 'ਤੇ, ਕਿਸਾਨ ਵੀ ਬੈਠੇ ਨੇ। ਪਹਿਲੀ ਵਾਰ ਹੋਇਆ ਕਿ ਦੋਨੇ ਇਕੱਠੇ ਬੈਠੇ ਨੇ ਕਿ ਸਾਡੀ ਫਸਲ ਤਾਂ ਚੱਕ ਕੇ ਲੈ ਜਾਓ, ਖਰੀਦ ਤਾਂ ਲਓ। ਸੋ ਇਸ ਕਰਕੇ ਇਹ ਪ੍ਰਸ਼ਾਸਨ ਦਾ ਜਿਹੜਾ ਅਤੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਇਹ ਜਲੂਸ ਇੱਥੇ ਨਿਕਲਦਾ ਹਰੇਕ ਮੰਡੀ 'ਚ, ਗਿਆ ਇਕੱਲਾ ਇੱਥੇ ਨਹੀਂ, ਮਹਿਲਾ ਚੌਂਕ, ਸ਼ੇਰੋਂ, ਉਭਾਲ, ਵੱਡੀਆਂ ਮੰਡੀਆਂ, ਜਖੇਪਲ, ਛਾਜਲੀ, ਆਹੀ ਹਾਲ ਹੈ। ਕਿਤੇ ਬਾਰਦਾਨਾ ਹੈ ਨਹੀਂ, ਅਤੇ ਹੁਣ ਬਾਰਦਾਨਾ ਹੀ ਨਹੀਂ ਹੋਊਗਾ ਤਾਂ ਫਿਰ ਇਹਨੂੰ ਬੋਰੀਆਂ 'ਚ ਪਾ ਕੇ ਲੈ ਕੇ ਕਿੱਥੇ ਜਾਵਾਂਗੇ? ਕਿੰਨੇ ਕੁ ਦਿਨ ਅਸੀਂ ਹੋਰ ਉਡੀਕ ਕਰ ਲਾਂਗੇ? ਤਾਂ ਅਸਮਾਨ 'ਚ ਦੇਖ ਦੇਖ ਕੇ, ਰੱਬਾ ਅੱਜ ਦਾ ਦਿਨ ਕਢਾ ਦੇ, ਕੱਲ੍ਹ ਦਾ ਦਿਨ ਕਢਾ ਦੇ। ਸੋ ਬਹੁਤ ਸਖ਼ਤ ਐਕਸ਼ਨ ਦੀ ਲੋੜ ਹੈ। ਮੈਂ ਅੱਜ DC ਨਾਲ ਵੀ ਜਾ ਕੇ ਮੀਟਿੰਗ ਕਰਦਾ, ਅਤੇ ਨਾਲ ਮੈਂ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ, ਮੈਂ ਉਹਨਾਂ ਨਾਲ ਵੀ ਗੱਲ ਕਰਦਾ ਕਿ ਕਣਕ ਪਈ ਹੈ, ਸੁੱਕੀ ਪਈ ਹੈ, ਉਹ ਇਹ 'ਚ ਕਿਹੜਾ ਕੋਈ ਮੋਇਸਚਰ ਦੀ ਕੋਈ ਚੈਕਿੰਗ ਦੀ ਲੋੜ ਹੈ? ਤੁਸੀਂ ਚੱਕ ਤਾਂ ਲਓ ਯਾਰ, ਇੱਕ ਪਾਸੇ ਤਾਂ ਅੱਗਾਂ ਵੀ ਲੱਗ ਗਈਆਂ, 350 ਕਿੱਲਾ ਤਾਂ ਢੀਂਡਸਾ ਅਤੇ ਜਲੂਰ ਸੜ ਗਿਆ ਲਹਿਰੇਗਾ ਕੇ ਕੋਲੇ। ਇੱਧਰ ਕਕਰਾਲੇ ਕਨੀ ਨੁਕਸਾਨ ਹੋਇਆ, ਛਾਜਲੀ ਨੁਕਸਾਨ ਹੋਇਆ, ਟਰੈਕਟਰ ਸੜ ਗਏ ਵਿੱਚ। ਇੱਕ ਪਾਸੇ ਸੜੀ ਜਾਂਦੇ ਹਾਂ, ਇੱਕ ਪਾਸੇ ਇੱਧਰ ਰੁਲੀ ਜਾਂਦੇ ਹਾਂ, ਉੱਧਰ ਦਿੱਲੀ ਰੁਲੀ ਜਾਂਦੇ ਹਾਂ। ਮਤਲਬ ਸਮਝ ਨਹੀਂ ਆਉਂਦੀ ਯਾਰ ਕਿ ਕਿਹੜੀਆਂ ਗੱਲਾਂ ਦੇ ਬਦਲੇ ਸਾਥੋਂ ਲੈਂਦੇ ਨੇ। ਇੱਕ ਪਾਸੇ ਸਾਨੂੰ ਅੰਨਦਾਤਾ ਕਹਿ ਦਿੰਦੇ ਨੇ, ਸੋ ਅੰਨਦਾਤਾ ਤਾਂ ਉਹ ਹੁੰਦਾ ਜਿਹੜਾ ਦਾਤਾਂ ਵੰਡਦਾ, ਇੱਥੇ ਭਿਖਾਰੀ ਬਣਾ ਕੇ ਰੱਖਦੇ। ਸਰਕਾਰ ਦੇ ਇਸ ਐਕਸ਼ਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ, ਅਤੇ ਨਾਲ ਮੈਂ ਆਪ ਐਕਸ਼ਨ ਲੈ ਕੇ ਸੰਗਰੂਰ ਦੀਆਂ ਸਾਰੀਆਂ ਮੰਡੀਆਂ 'ਚ ਬਾਰਦਾਨੇ ਦਾ ਮੈਂ ਆਪ ਜਾਇਜ਼ਾ ਲੈ ਰਿਹਾ। ਮੈਂ ਆਪ ਜਾ ਰਿਹਾ, ਚੀਮਾ ਸਾਹਿਬ ਗਿੜਬੇ ਦੀਆਂ ਮੰਡੀਆਂ ਜਾ ਰਹੇ ਨੇ, ਅਤੇ ਸਾਡੇ ਬਰਨਾਲੇ ਵਾਲੇ MLA, ਮਹਿਲਕਲ ਵਾਲੇ MLA ਆਪਦੀਆਂ ਆਪਦੀਆਂ ਮੰਡੀਆਂ ਜਾ ਰਹੇ। ਸਾਡਾ ਫਰਜ਼ ਬਣਦਾ, ਸਾਨੂੰ ਵੋਟਾਂ ਪਾ ਕੇ ਇਹਨਾਂ ਨੇ ਤਾਂ ਗੱਲ ਕਰਨ ਵਾਸਤੇ ਭੇਜਿਆ, ਔਰ ਮੈਂ ਤਾਂ ਗੱਲ ਵੀ ਸਾਰਿਆਂ ਸਾਹਮਣੇ ਕਰਦਾ। ਮੈਂ ਤਾਂ ADC ਨੇ ਗੱਲ ਕੀਤੀ ਹੈ ਕਿ ਭਾਈ ਇੱਥੇ ਆ ਲਓ, ਕਹਿੰਦੇ ਜੀ ਅਸੀਂ ਕਰਾਉਂਦੇ ਹਾਂ, ਜੇ ਤਾਂ ਸ਼ਾਮ ਤੱਕ ਹੋ ਗਿਆ ਠੀਕ ਹੈ, ਨਹੀਂ ਕੱਲ੍ਹ ਨੂੰ ਫਿਰ ਕੋਈ ਹੋਰ ਐਕਸ਼ਨ ਲੈਣਾ ਪਿਆ ਤਾਂ ਮੈਂ ਨਾਲ।